ਪੰਜਾਬੀ ਨੈਸ਼ਨਲ ਖਬਰਾਂ 'ਚ ਆਪ ਸਭ ਨੂੰ ਜੀ ਆਇਆਂ ਆਖਦੇ ਆ। ਆਓ ਪਹਿਲਾਂ ਝਾਤ ਪਾਉਨੇ ਆ ਅੱਜ ਦੀਆਂ ਖਾਸ ਖਬਰਾਂ ਤੇ। ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਲਈ ਕੀਤੇ ਦਰਵਾਜ਼ੇ ਬੰਦ। ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਵੈਂਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ। ਕੋਵਿਡ-19 ਸੰਬੰਧੀ ਜ਼ਰੂਰਤਾਂ ਪੂਰੀਆਂ ਕਰਨ ਲਈ ਹਵਾਈ ਸੈਨਾ ਪੂਰੀ ਤਰ੍ਹਾਂ ਸਰਗਰਮ। ਭਾਰਤ ਦੀ ਕੋਵੈਕਸਿਨ ਕਰੋਨਾ ਦੇ 617 ਸਰੂਪਾਂ ਨੂੰ ਬੇਅਸਰ ਕਰਨ 'ਚ ਕਾਮਯਾਬ। ਭਾਰਤੀ ਅਮਰੀਕੀ ਐਨ ਜੀਓ ਨੇ ਕੋਵਿਡ ਨਾਲ ਯੁੱਧ ਰਹਿ ਭਾਰਤ ਲਈ ਇਕੱਠੇ ਕੀਤੇ 47 ਲੱਖ ਡਾਲਰ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਦੀ ਕਾਂਗਰਸ ਚ ਦਿਨੋਂ ਦਿਨ ਵਧ ਰਹੇ ਕਲੇਸ਼ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਗਾਲੀ ਨਵੇੜ ਦਿੱਤੀ ਹੈ ਉਹਨਾਂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਆਖ ਦਿੱਤਾ ਕਿ ਸਿੱਧੂ ਲਈ ਮੇਰੇ ਦਰਵਾਜ਼ੇ ਬੰਦ ਨੇ ਅਤੇ ਹੁਣ ਅਗਲਾ ਫੈਸਲਾ ਹਾਈ ਕਮਾਂ ਨਹੀਂ ਲਵੇਗੀ ਕੈਪਟਨ ਦੇ ਇਸ ਦੋ ਟੁਕ ਜਵਾਬ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਸਿੱਧੂ ਅਤੇ ਕੈਪਟਨ ਵਿਚਾਲੇ ਕਹਾਣੀ ਖਤਮ ਹੋ ਚੁੱਕੀ ਹੈ ਹਰੀਸ਼ रावत ਦੀਆਂ ਇੰਨੀਆਂ ਕੋਸ਼ਿਸ਼ਾਂ ਵੀ ਦੋਵਾਂ ਆਗੂਆਂ ਵਿੱਚ ਮਤਭੇਦ ਖਤਮ ਨਹੀਂ ਕਰ ਸਕੀਆਂ ਮੁੱਖ ਮੰਤਰੀ ਨੇ ਆਖਿਆ ਕਿ ਸਿੱਧੂ ਨੇ ਜੇਕਰ ਪਟਿਆਲਾ ਤੋਂ ਚੋਣ ਲੜਨੀ ਹੈ ਤਾਂ ਉਸ ਨੂੰ ਆਮ ਆਦਮੀ ਪਾਰਟੀ 'ਚ ਜਾਣਾ ਪਵੇਗਾ ਕਿਉਂਕਿ ਕਾਂਗਰਸ 'ਚ ਰਹਿ ਕੇ ਮੇਰੇ ਹੁੰਦਿਆਂ ਉਹ ਪਟਿਆਲਾ ਤੋਂ ਚੋਣ ਨਹੀਂ ਲੜ ਸਕਦਾ ਅਤੇ ਅਕਾਲੀ ਦਲ ਅਤੇ ਭਾਜਪਾ ਤੋਂ ਉਹ ਪਹਿਲਾਂ ਹੀ ਲੜ ਕੇ ਬਾਹਰ ਨਿਕਲ ਚੁੱਕਾ ਹੈ ਸਿੱਧੂ ਨੂੰ ਮੌਕਾ ਪ੍ਰਸਤ ਦੱਸਦਿਆਂ ਕੈਪਟਨ ਨੇ ਆਖਿਆ ਕਿ ਸਿੱਧੂ ਤੋਂ ਸੂਬੇ ਦਾ ਮੰਤਰੀ ਬਣ ਕੇ ਤਾਂ ਵਿਭਾਗ ਸਾਂਭਿਆ ਰਹੀ ਗਿਆ ਜਦ ਕਿ ਉਹ ਪ੍ਰਦੇਸ਼ ਪ੍ਰਧਾਨ ਜਾਂ ਉਪ ਮੁੱਖ ਮੰਤਰੀ ਬਣਨ ਦੀਆਂ ਗੱਲਾਂ ਕਰਦੇ ਨੇ ਕੈਪਟਨ ਨੇ ਆਖਿਆ ਕਿ ਪਾਰਟੀ ਦੇ ਸੀਨੀਅਰ ਮੰਤਰੀਆਂ ਨੂੰ ਨਜ਼ਰਅੰਦਾਜ਼ ਕਰਕੇ ਸਿੱਧੂ ਨੂੰ ਉਹਨਾਂ ਤਜਰਬੇਕਾਰ ਮੰਤਰੀਆਂ ਦੇ ਸਿਰ ਤੇ ਕਿਵੇਂ ਬਿਠਾਇਆ ਜਾ ਸਕਦਾ ਹੈ ਮੁੱਖ ਮੰਤਰੀ ਨੇ ਸਿੱਧੂ ਵੱਲੋਂ ਗ੍ਰਹਿ ਵਿਭਾਗ ਦੀ ਮੰਗ ਕੀਤੀ ਤੇ ਜਾਣ ਤੇ ਆਖਿਆ ਕਿ ਉਹ ਇਮਰਾਨ ਖਾਨ ਦਾ ਦੋਸਤ ਹੈ ਰੋਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਗੱਲਾਂ ਕਰਨ ਵਾਲੇ ਨੂੰ ਇਨਾ ਸੰਵੇਦਨਸ਼ੀਲ ਮਹਿਕਮਾ ਕਿਦਾਂ ਦਿੱਤਾ ਜਾ ਸਕਦਾ ਹੈ ਕੈਪਟਨ ਨੇ ਸਾਫੀ ਆਖ ਦਿੱਤਾ ਹੈ ਕਿ ਸਿੱਧੂ ਦੀ ਐਂਟਰੀ ਆਮ ਆਦਮੀ ਪਾਰਟੀ 'ਚ ਹੋਵੇਗੀ ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਸਿੱਧੂ ਵਿਚਾਲੇ ਗੁਪਤ ਮੀਟਿੰਗਾਂ ਚੱਲ ਰਹੀਆਂ ਨੇ ਅਕਾਲੀਆਂ ਨਾਲ ਸਾਂਝ ਦੇ ਦੋਸ਼ ਨੂੰ ਨਕਾਰਦਿਆਂ ਕੈਪਟਨ ਨੇ ਆਖਿਆ ਕਿ 2007 ਵਿੱਚ ਅਕਾਲੀਆਂ ਨੇ ਉਹਨਾਂ ਤੇ ਜੋ ਮੁਕੱਦਮੇ ਬਣਾਏ ਸਨ ਉਹਨਾਂ 'ਚੋਂ ਬਰੀ ਹੋਣ ਨੂੰ ਉਹਨਾਂ ਨੂੰ 14 ਸਾਲ ਲੱਗੇ ਸਨ ਅਤੇ ਉਹ ਅਕਾਲੀਆਂ ਨੂੰ ਹੁਣ ਕਿਵੇਂ ਬਖਸ਼ ਦੇਣਗੇ ਹਲਕਾ ਆਤਮਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ ਜਿਸ ਵਿੱਚ ਪੱਤਰ ਭੇਜਣ ਵਾਲੇ ਵਿਅਕਤੀ ਵੱਲੋਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਵਿਧਾਇਕ ਬੈਂਸ ਨੇ ਚਿੱਠੀ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚਿੱਠੀ ਵਿੱਚ ਉਹਨਾਂ ਨੂੰ ਹਸਪਤਾਲਾਂ ਖਿਲਾਫ ਸੋਸ਼ਲ ਮੀਡੀਆ ਤੇ ਵੀਡੀਓ ਨਾ ਪਾਉਣ ਸੰਬੰਧੀ ਧਮਕੀ ਦਿੱਤੀ ਗਈ ਹੈ ਅਤੇ ਗੁਰੂ ਸਾਹਿਬ ਤੋਂ ਮਾਫੀ ਮੰਗਣ ਲਈ ਵੀ ਆਖਿਆ ਗਿਆ ਉਹਨਾਂ ਦੱਸਿਆ ਕਿ ਚਿੱਠੀ ਮਿਲਣ ਉਪਰੰਤ ਉਹਨਾਂ ਨੇ ਇਸ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਦੇ ਸਪੀਕਰ ਏਡੀਜੀਪੀ ਸੁਰੱਖਿਆ ਪੁਲਿਸ ਕਮਿਸ਼ਨਰ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਹਾਲ ਦੀ ਘੜੀ ਪੁਲਿਸ ਵੱਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਵਿਧਾਇਕ ਬੈਂਸ ਨੂੰ ਇਹ ਚਿੱਠੀ ਉਹਨਾਂ ਦੇ ਘਰ ਦੇ ਪਤੇ ਤੇ ਭੇਜੀ ਗਈ ਹੈ ਕੋਰੋਨਾ ਦਾ ਟਕਰਾ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਈ ਪੱਧਰ ਤੇ ਯਤਨ ਯਾਰੀ ਰੱਖਣ ਦੇ ਬਾਵਜੂਦ ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਇਸੇ ਦਰਮਿਆਨ ਭਾਰਤੀ ਹਵਾਈ ਸੈਰਾਂ ਦੇ ਮੁਖੀ ਆਰ ਕੇ ਪਧੋਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਕੋਵਿਡ-19 ਮਹਾਮਾਰੀ ਨਾਲ ਨਿਪਟਨ 'ਚ ਮਦਦ ਲਈ। ਹਵਾਈ ਸੈਨਾ ਦੁਆਰਾ ਕੀਤੇ ਜਾ ਰਹੇ ਯਤਨਾਂ ਦੇ ਬਾਰੇ ਜਾਣੂ ਕਰਵਾਇਆ ਹੈ ਕੋਵਿਡ-19 ਸੰਬੰਧੀ ਰਾਹਤ ਕਾਰਜਾਂ ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਸੈਨਾ ਮੁਖੀ ਨੂੰ ਇਹ ਸੁਨਿਸ਼ਚਿਤ ਕਰਨ ਲਈ ਆਖਿਆ ਕਿ ਕੋਵਿਡ-19 ਸੰਬੰਧੀ ਮੁਹਿੰਮ ਵਿੱਚ ਸ਼ਾਮਲ ਹਵਾਈ ਸੈਨਾ ਕਰਮਚਾਰੀਆਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣਾ ਯਕੀਨੀ ਬਣਾਇਆ ਜਾਵੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਕਸੀਜਨ ਟੈਂਕਰਾਂ ਤੇ ਹੋਰਨਾਂ ਲੋੜੀਂਦੀਆਂ ਵਸਤੂਆਂ ਦੇ ਟਰਾਂਸਪੋਰਟ ਆਪਰੇਸ਼ਨ ਦੀ ਗਤੀ ਨੂੰ ਤੇਜ਼ ਕਰਨ ਉਸ ਦਾ ਪੱਧਰ ਵਧਾਉਣ ਅਤੇ ਉਸ ਦੀ ਸੁਰੱਖਿਆ ਤੇ ਧਿਆਨ ਦੇਣ ਦੀ ਲੋੜ ਤੇ ਵਿਸ਼ੇਸ਼ ਜ਼ੋਰ ਦਿੱਤਾ ਹਵਾਈ ਸੈਨਾ ਮੁਖੀ ਪਧਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਭਾਰਤ ਅਤੇ ਵਿਦੇਸ਼ 'ਚ ਕੋਵਿਡ-19 ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਹਵਾਈ ਸੈਨਾ ਦੇ ਬੇੜੇ ਹਰ ਸਮੇਂ ਤਿਆਰ ਨੇ ਉਹਨਾਂ ਨੇ ਆਖਿਆ ਕਿ ਹਵਾਈ ਸੈਨਾ ਦੇ ਅਧੀਨ ਆਉਣ ਵਾਲੇ ਹਸਪਤਾਲਾਂ 'ਚ ਕੋਵਿਡ-19 ਸੰਬੰਧੀ ਸਹੂਲਤਾਂ 'ਚ ਵਾਧਾ ਕੀਤਾ ਗਿਆ ਹੈ ਅਤੇ ਜਿੱਥੇ ਵੀ ਸੰਭਵ ਹੋਇਆ ਹੈ ਉੱਥੇ ਦੂਜੇ ਨਾਗਰਿਕਾਂ ਨੂੰ ਭਰਤੀ ਵੀ ਕੀਤਾ ਜਾ ਰਿਹਾ ਹੈ ਏਸ ਜਨਾਰੀ ਹਵਾਈ ਸੈਨਾ ਦੇ ਜ਼ਿਆਦਾਤਰ ਕਰਮਚਾਰੀਆਂ ਦਾ ਟੀਕਾਕਨ ਕਰਵਾਇਆ ਜਾ ਚੁੱਕਾ ਹੈ ਉਹਨਾਂ ਦੱਸਿਆ ਕਿ ਮਹਾਮਾਰੀ ਸੰਬੰਧੀ ਮਹਿੰਮ ਚ ਵੱਖ-ਵੱਖ ਵਿਭਾਗਾਂ ਏਜੰਸੀਆਂ ਨਾਲ ਰਲ ਕੇ ਤਾਲਮੇਲ ਸੁਨਿਸ਼ਚਿਤ ਕਰਨ ਦੇ ਲਈ ਹਵਾਈ ਸੈਨਾ ਨੇ ਸਮਰਪਿਤ ਕੋਵਿਡ 19셀 ਦਾ ਗਠਨ ਵੀ ਕੀਤਾ ਹੈ ਪਦਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇਸ਼ ਦੀ ਕੋਵਿਡ 19 ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ 24 ਘੰਟੇ ਯਤਨਸ਼ੀਲ ਹੈ ਇਸ ਮੁਹਿੰਮ 'ਚ ਵੱਡੇ ਅਤੇ ਛੋਟੇ ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਦੇਸ਼ ਦੇ ਹਰ ਖੇਤਰ 'ਚ ਲੋੜੀਂਦੀਆਂ ਵਸਤੂਆਂ ਦੀ ਸਪਲਾਈ ਕੀਤੀ ਜਾ ਸਕੇ। ਭਾਰਤ ਵਿੱਚ ਆਕਸੀਜਨ ਦੀ ਕਿੱਲਤ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਿ ਰੱਖਿਆ ਖੋਜ ਤੇ ਵਿਕਾਸ ਸੰਗਠਨ ਪ੍ਰਧਾਨ ਮੰਤਰੀ ਕੇਅਰਸ ਫੰਡ ਵੱਲੋਂ ਮਿਲੀ ਰਾਸ਼ੀ ਦੇ ਨਾਲ ਅਗਲੇ 3 ਮਹੀਨਿਆਂ ਦੇ ਵਿੱਚ 500 ਮੈਡੀਕਲ ਆਕਸੀਜਨ ਪਲਾਂਟ ਸਥਾਪਿਤ ਕਰੇਗਾ। ਰੱਖਿਆ ਮੰਤਰੀ ਨੇ ਟਵੀਟ ਕਰਦਿਆਂ ਦੱਸਿਆ ਕਿ ਹਲਕੇ ਲੜਾਕੂ ਜਹਾਜ਼ਾਂ ਤੇਜਸ ਲਈ ਡੀਆਰਡੀਓ ਵੱਲੋਂ ਵਿਕਸਿਤ ਮੈਡੀਕਲ ਆਕਸੀਜਨ ਪਲਾਂਟ ਤਕਨੀਕ ਹੁਣ ਕੋਵਿਡ-19 ਮਰੀਜ਼ਾਂ ਲਈ ਆਕਸੀਜਨ ਦੇ ਮੌਜੂਦਾ ਸੰਕਟ ਨਾਲ ਲੜਨ ਲਈ ਕੰਮ ਕਰੇਗੀ ਉਨ੍ਹਾਂ ਆਖਿਆ ਕਿ ਇਸ ਟੈਕਨੋਲੋਜੀ ਦੀ ਮਦਦ ਨਾਲ ਅੱਜ ਦੇ ਸਮੇਂ ਦੇ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਅਤੀ ਲੋੜੀਂਦੀ ਜੀਵਨ ਰੱਖਿਅਕ ਗੈਸ ਆਕਸੀਜਨ ਦਾ ਉਤਪਾਦਨ ਕੀਤਾ ਜਾ ਸਕੇਗਾ ਜਿਸ ਨਾਲ ਮੌਜੂਦਾ ਹਾਲਾਤ ਵਿੱਚੋਂ ਨਿਕਲਣ ਵਿੱਚ ਮਦਦ ਮਿਲੇਗੀ ਇਸ ਤੋਂ ਇਲਾਵਾ ਭਾਰਤੀ ਪੈਟਰੋਲੀਅਮ ਸੰਸਥਾ ਦੇਰਾਦੂਨ ਦੇ ਨਾਲ ਕੰਮ ਕਰ ਰਹੇ ਉਦਯੋਗਾਂ ਵੱਲੋਂ 500 ਲੀਟਰ ਪ੍ਰਤੀ ਮਿੰਟ ਦੀ ਸਮਰੱਥਾ ਵਾਲੇ 120 ਪਲਾਂਟ ਸਥਾਪਿਤ ਕੀਤੇ ਜਾਣਗੇ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਬੇਲਗਾਮ ਹੁੰਦੀ ਜਾ ਰਹੀ ਦੂਜੀ ਲਹਿਰ ਕਾਰਨ ਜਿੱਥੇ ਇੱਕ ਪਾਸੇ ਦੇਸ਼ ਦਾ ਸਿਹਤ ਢਾਂਚਾ ਪੂਰੀ ਤਰ੍ਹਾਂ ਡਗਮਗਾ ਗਿਆ ਹੈ ਉੱਥੇ ਹੀ ਦੇਸ਼ ਚ ਵਿਕਸਿਤ ਕੀਤੀ ਗਈ ਕੋਵਿਡ-19 ਵੈਕਸੀਨ ਕੋ-ਵੈਕਸੀਨ ਨੂੰ ਲੈ ਕੇ ਇੱਕ ਚੰਗੀ ਖਬਰ ਆਈ ਹੈ। ਵਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਅਤੇ ਅਮਰੀਕਾ ਦੇ ਸਿਖਰਲੇ ਮਹਾਮਾਰੀ ਮਾਹਿਰ ਡਾਕਟਰ ਐਂਥਨੀ ਫੌਸੀ ਨੇ ਆਖਿਆ ਕਿ ਭਾਰਤ ਦੀ ਵੈਕਸੀਨ ਕੋ-ਵੈਕਸੀਨ ਕੋਵਿਡ-19 ਦੇ 617 ਸਰੂਪਾਂ ਨੂੰ ਬੇਅਸਰ ਕਰਨ ਵਿੱਚ ਕਾਰਗਰ ਹੈ। ਉਹਨਾਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਰਤ 'ਚ ਕੋ-ਵੈਕਸੀਨ ਲਗਵਾਉਣ ਵਾਲੇ ਲੋਕਾਂ ਦੇ ਅਧਿਐਨ ਤੋਂ ਵੈਕਸੀਨ ਦੇ ਅਸਰ ਬਾਰੇ ਪਤਾ ਚੱਲਿਆ ਹੈ। ਡਾਕਟਰ ਫੌਸੀਦਾ ਆਖਣਾ ਹੈ ਕਿ ਭਾਰਤ 'ਚ ਜੋ ਕੋਰੋਨਾ ਦੇ ਮੁਸ਼ਕਲ ਹਾਲਾਤ ਦਿਖ ਰਹੇ ਨੇ ਉਸ ਲਈ ਟੀਕਾਕਰਨ ਬਹੁਤ ਜ਼ਿਆਦਾ ਪ੍ਰਭਾਵੀ ਹੋ ਸਕਦਾ ਹੈ ਨਿਊਯਾਰਕ ਟਾਈਮਜ਼ ਨੇ ਵੀ ਖਬਰ ਦਿੱਤੀ ਹੈ ਕਿ ਕੋ-ਵੈਕਸਿਨ ਰੱਖਿਆ ਤੰਤਰ ਨੂੰ SARS-CoV-2 ਕੋਰੋਨਾ ਵਾਇਰਸ ਖਿਲਾਫ ਐਂਟੀਬਾਡੀਜ਼ ਬਣਾਉਣਾ ਸਿਖਾਉਂਦੀ ਹੈ ਦੱਸਦੇ ਕਿ ਕੋ-ਵੈਕਸਿਨ ਨੂੰ ਹੰਗਾਮੀ ਹਾਲਤ 'ਚ ਵਰਤੋਂ ਦੀ 3 ਜਨਵਰੀ ਨੂੰ ਮਨਜ਼ੂਰੀ ਮਿਲੀ ਸੀ ਅਤੇ ਪ੍ਰੀਖਣ ਦੇ ਨਤੀਜਿਆਂ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਇਹ ਟੀਕਾ 78% ਤੱਕ ਪ੍ਰਭਾਵੀ ਹੈ ਕੇਂਦਰ ਨੇ ਬੀਤੇ ਦਿਨੀ ਕੋਰੋਨਾ ਰੋਕੂ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਟੀਕਿਆਂ ਦੀ ਕੀਮਤ ਘਟਾਉਣ ਲਈ ਆਖਿਆ ਸੀ ਜਿਸ ਤਹਿਤ ਹੁਣ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਵੈਕਸੀਨ ਦੀਆਂ ਕੀਮਤਾਂ ਸੂਬਾ ਸਰਕਾਰਾਂ ਲਈ ਘਟਾ ਕਰ ਦਿੱਤੀਆਂ ਨੇ ਐਸ ਆਈ ਆਈ ਦੇ ਸੀਈਓ ਆਦਾਰ ਪੂਨਾ ਵਾਲਾ ਨੇ ਟਵੀਟ ਕਰਕੇ ਦੱਸਿਆ ਕਿ ਹੁਣ ਰਾਜਾਂ ਨੂੰ ਵੈਕਸੀਨ ਦੀ ਇੱਕ ਡੋਜ਼ 400 ਰੁਪਏ ਦੀ ਜਗ੍ਹਾ 300 ਰੁਪਏ ਵਿੱਚ ਦਿੱਤੀ ਜਾਵੇਗੀ ਸੂਤਰ ਅਨੁਸਾਰ ਸੋਮਵਾਰ ਨੂੰ ਕੈਬਨਿਟ ਸਕੱਤਰ ਰਾਜੀਵ ਗੋਬਾ ਦੀ ਅਗਵਾਈ ਚ ਵੈਕਸੀਨ ਦੀਆਂ ਕੀਮਤਾਂ ਨੂੰ ਲੈ ਕੇ ਹੋਈ ਲੰਬੀ ਬੈਠਕ ਚ ਤਮਾਮ ਮੁੱਦਿਆਂ ਤੇ ਚਰਚਾ ਹੋਈ ਅਤੇ ਉਸ ਤੋਂ ਬਾਅਦ ਕੰਪਨੀਆਂ ਨੂੰ ਆਪਣੀਆਂ ਕੀਮਤਾਂ ਘਟ ਕਰਨ ਲਈ ਵੀ ਆਖਿਆ ਗਿਆ ਸੀ ਉਧਰ سیرਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਆਦਾਰ ਪੂਨਾ ਵਾਲਾ ਲਈ ਵਾਈ ਕੈਟਾਗਰੀ ਦੀ ਸੁਰੱਖਿਆ ਨੂੰ ਮਨਜ਼ੂਰੀ ਮਿਲ ਗਈ ਹੈ ਦੱਸ ਦਈਏ ਕਿ سیرਮ ਇੰਸਟੀਚਿਊਟ ਦੇ ਗਵਰਨਮੈਂਟ ਐਂਡ ਰੈਗੂਲੇਟਰੀ ਅਫੇਅਰਸ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਇਸ ਸੁਰੱਖਿਆ ਦੀ ਮੰਗ ਕੀਤੀ ਸੀ ਉਨ੍ਹਾਂ ਆਖਿਆ ਸੀ ਕਿ ਵੈਕਸੀਨ ਨਾਲ ਜੁੜੇ ਕਈ ਸਮੂਹਾਂ ਤੋਂ ਪੂਨਾ ਵਾਲਾ ਨੂੰ ਖਤਰਾ ਹੈ ਰਾਜਧਾਨੀ ਦਿੱਲੀ ਵਿੱਚ ਹੱਥੋਂ ਨਿਕਲੇ ਕਰੋਨਾ ਨੇ ਕਹਿਰ ਟਾਇਆ ਪਿਆ। ਆਕਸੀਜਨ ਅਤੇ ਲੋੜੀਂਦੀਆਂ ਦਵਾਈਆਂ ਦੀ ਭਾਰੀ ਕਿੱਲਤ ਕਰਕੇ ਲੋਕ ਇਲਾਜ ਵਿਹੋਣੇ ਮਰ ਰਹੇ ਨੇ। ਸ਼ਮਸ਼ਾਨ ਘਾਟਾਂ ਵਿੱਚ ਥਾਂ ਘੱਟ ਹੋਣ ਕਰਕੇ ਯਮੁਨਾ ਦਰਿਆ ਕੰਢੇ ਸੰਸਕਾਰ ਲਈ ਥਾਂਵਾਂ ਲੰਬੀਆਂ ਚੱ ਰਹੀਆਂ ਨੇ। ਨੌਬਤ ਇੱਥੋਂ ਤੱਕ ਆ ਗਈ ਏ ਕਿ ਦੁਆਰਕਾ ਦੇ ਸੈਕਟਰ 29 ਵਿੱਚ ਮਰੇ ਕੁੱਤਿਆਂ ਨੂੰ ਦਫਨਾਉਣ ਲਈ ਰਾਖਵੀਂ ਥਾਂ ਹੁਣ ਮਨੁੱਖੀ ਲਾਸ਼ਾਂ ਲਈ ਵਰਤੀ ਜਾਵੇਗੀ। ਦੱਸ ਦਈਏ ਕਿ ਇਹ 3 ਏਕੜ ਦੀ ਜਗ੍ਹਾ 6 ਮਹੀਨੇ ਪਹਿਲਾਂ ਕੁੱਤਿਆਂ ਨੂੰ ਦਫਨਾਉਣ ਲਈ ਤੈਅ ਕੀਤੀ ਗਈ ਸੀ ਹੁਣ ਜਾਣਕਾਰੀ ਮਿਲੀ ਹੈ ਕਿ ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਅਗਲੇ ਦਿਨਾਂ ਦੌਰਾਨ ਇਸ ਥਾਂ ਨੂੰ ਮ੍ਰਿਤਕਾਂ ਦੇ ਸੰਸਕਾਰ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਮੌਤਾਂ ਦੀ ਸੰਖਿਆ ਵਧਣ ਕਰਕੇ ਸ਼ਮਸ਼ਾਨ ਘਾਟਾਂ 'ਚ ਲੱਕੜ ਮਹਿੰਗੀ ਮਿਲ ਰਹੀ ਹੈ ਵਿਦੇਸ਼ਾਂ 'ਚ ਰਹਿੰਦੇ ਭਾਰਤੀਆਂ ਦੇ ਰਿਸ਼ਤੇਦਾਰਾਂ ਦੀ ਦਿੱਲੀ 'ਚ ਮੌਤ ਹੋਣ ਮਗਰੋਂ ਸੰਸਕਾਰ ਕਰਨ ਬਦਲੇ 5000 ਤੋਂ 25000 ਰੁਪਏ ਤੱਕ ਵਸੂਲੇ ਜਾ ਰਹੇ ਨੇ ਇਨਸਾਨੀਅਤ ਐਨੀ ਪੁੰਝੇ ਡਿੱਗ ਚੁੱਕੀ ਹੈ ਕਿ ਲੋਥਾਂ ਦੇ ਸਸਕਾਰ ਨੂੰ ਹੀ ਵਪਾਰ ਬਣਾ ਲਿਆ ਗਿਆ ਹੈ। ਪੰਜਾਬ ਵਿੱਚ ਕਰੋਨਾ ਮਾਮਲਿਆਂ ਦਾ ਗ੍ਰਾਫ ਦਿਨੋ ਦਿਨ ਵਧ ਰਿਹਾ ਹੈ। ਬੀਤੇ 24 ਘੰਟਿਆਂ ਵਿੱਚ 6472 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 142 ਵਿਅਕਤੀਆਂ ਦੀ ਜਾਨ ਵੀ ਚਲੀ ਗਈ ਹੈ। ਸੂਬੇ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 53426 ਹੋ ਗਈ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਪੰਜਾਬ ਕੋਲ ਕਰੋਨਾ ਰੋਕੂ ਟੀਕਿਆਂ ਦੀ ਘਾਟ ਹੈ। ਇਸ ਲਈ 1 ਮਈ ਤੋਂ 18 ਸਾਲ ਤੋਂ ਵਧੇਰੀ ਉਮਰ ਸਮੂਹ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨੀ ਮੁਸ਼ਕਲ ਹੈ। ਸਿਹਤ ਮੰਤਰੀ ਨੇ ਇਹ ਵੀ ਆਖਿਆ ਕਿ ਪੰਜਾਬ ਇਸ ਵੇਲੇ ਮੈਡੀਕਲ ਆਕਸੀਜਨ ਦੀ ਘਾਟ ਦਾ ਵੀ ਸਾਹਮਣਾ ਕਰ ਰਿਹਾ ਹੈ। ਜੇ ਭਾਰਤ ਦੀ ਗੱਲ ਕਰੀਏ ਤਾਂ ਮੁਲਕ ਵਿੱਚ ਕਰੋਨਾ ਦੇ ਬੇਤਹਾਸ਼ਾ ਮਾਮਲੇ ਵਧਣ ਨਾਲ ਹਾਹਾਕਾਰ ਮਚੀ ਪਈ ਹੈ ਬੀਤੇ 24 ਘੰਟਿਆਂ ਵਿੱਚ 379257 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 3645 ਲੋਕਾਂ ਦੀ ਮੌਤ ਦੀ ਵੀ ਖਬਰ ਹੈ ਦੇਸ਼ ਵਿੱਚ ਕਰੋਨਾ ਕੇਸਾਂ ਦਾ ਕੁੱਲ ਅੰਕੜਾ 1 ਕਰੋੜ 8376524 ਤੱਕ ਉੱਪਰ ਗਿਆ ਹੈ ਅਤੇ ਮੌਤਾਂ ਦੀ ਸੰਖਿਆ ਵਧ ਕੇ 204832 ਹੋ ਗਈ ਹੈ ਮੁਲਕ ਵਿੱਚ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ 1 ਕਰੋੜ 50 ਲੱਖ 86878 ਹੈ ਭਾਰਤ ਵਿੱਚ 16 ਜਨਵਰੀ ਨੂੰ ਕੋਰੋਨਾ ਰੋਕੂ ਟੀਕਾਕਰਨ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਤਹਿਤ ਹੁਣ ਤੱਕ ਕੁੱਲ 15 ਕਰੋੜ 20648 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ ਉਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਹਨਾਂ ਦੀ ਪਤਨੀ ਸੁਨੀਤਾ ਗਹਿਲੋਤ ਵੀ ਕਰੋਨਾ ਦੀ ਗ੍ਰਿਫਤ ਵਿੱਚ ਆ ਗਏ ਨੇ ਇਸ ਤੋਂ ਇਲਾਵਾ ਖਬਰ ਮਿਲੀ ਹੈ ਕਿ ਇੰਗਲੈਂਡ ਨੇ ਭਾਰਤ ਨੂੰ ਕਰੋਨਾ ਵੈਕਸੀਨ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਇੰਗਲੈਂਡ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਆਖਿਆ ਕਿ ਇਸ ਵੇਲੇ ਉਹਨਾਂ ਦੇ ਮੁਲਕ ਕੋਲ ਭਾਰਤ ਨੂੰ ਦੇਣ ਲਈ ਕੋਵਿਡ ਟੀਕਿਆਂ ਦੀ ਵਾਧੂ ਖੇਪ ਨਹੀਂ ਹੈ ਉਹਨਾਂ ਆਖਿਆ ਕਿ ਸਾਡਾ ਦੇਸ਼ ਖੁਦ ਇਸ ਵੇਲੇ ਕਰੋਨਾ ਦੀ ਘਾਤਕ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਦੱਸ ਦਈਏ ਕਿ ਇੰਗਲੈਂਡ ਨੇ ਭਾਰਤ ਨੂੰ वेंटिलेटर ਅਤੇ ਆਕਸੀਜਨ ਕਨਸੈਂਟਰੇਟਰ ਦਿੱਤੇ ਨੇ ਪਰ ਇੰਗਲੈਂਡ ਕੋਲ ਭਾਰਤ ਨੂੰ ਦੇਣ ਲਈ ਟੀਕਿਆਂ ਦਾ ਸਟਾਕ ਨਹੀਂ ਹੈ ਭਾਰਤੀ ਅਮਰੀਕੀ ਗੈਰ ਲਾਭਕਾਰੀ ਸੰਗਠਨ ਸੇਵਾ ਇੰਟਰਨੈਸ਼ਨਲ ਯੂਐਸਏ ਨੇ ਭਾਰਤ ਚ ਕੋਵਿਡ 19 ਰਾਹਤ ਕਾਰਜਾਂ ਲਈ ਸੋਸ਼ਲ ਮੀਡੀਆ ਜ਼ਰੀਏ ਕਰੀਬ 47 ਲੱਖ ਡਾਲਰ ਦੀ ਰਾਸ਼ੀ ਇਕੱਤਰ ਕੀਤੀ ਹੈ ਦੱਸ ਦਈਏ ਕਿ ਭਾਰਤ ਚ ਕਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਚ ਵਾਇਰਸ ਦੇ ਬੇਤਹਾਸ਼ਾ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨਾਲ ਡਾਕਟਰੀ ਸੇਵਾਵਾਂ ਦੀ ਕਮੀ ਹੋ ਗਈ ਹੈ ਸੇਵਾ ਇੰਟਰਨੈਸ਼ਨਲ ਯੂਐਸਏ ਨੇ ਆਖਿਆ ਕਿ ਇਹ ਇੱਕ ਸਮੂਹਿਕ ਯਤਨ ਹੈ ਜਿਸ ਨਾਲ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਭੁੱਖਮਰੀ ਨੂੰ ਹਰਾਇਆ ਜਾ ਸਕਦਾ ਹੈ ਅਤੇ ਭਾਰਤ ਦੀ ਕੋਵਿਡ-19 ਖਿਲਾਫ ਫੈਸਲਾਕੁਨ ਲੜਾਈ 'ਚ ਮਦਦ ਕੀਤੀ ਜਾ ਸਕਦੀ ਹੈ ਦਸਰਣਯੋਗ ਹੈ ਕਿ ਫੰਡ ਇਕੱਤਰ ਕਰਨ ਦੀ ਮੁਹਿੰਮ ਸ਼ੁਰੂ ਕਰਨ ਦੇ 100 ਘੰਟਿਆਂ ਤੋਂ ਘੱਟ ਸਮੇਂ ਦੇ ਵਿੱਚ 66700 ਤੋਂ ਜ਼ਿਆਦਾ ਭਾਰਤੀ ਅਮਰੀਕੀਆਂ ਨੇ ਭਾਰਤ ਵਿੱਚ ਕੋਵਿਡ-19 ਰਾਹਤਕਾਰਾਂ ਲਈ 47 ਲੱਖ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਇਕੱਤਰ ਕੀਤੀ ਹੈ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਮੈਨੂੰ ਸਵਲੀਨ ਕੌਰ ਜਸਰ ਨੂੰ ਦਿਓ ਆ ਗਿਆ ਧੰਨਵਾਦ